ਲੱਭਣੀ ਨਾ ਜਾਇਓ ਉਹ ਮਿੱਤਰੋ ਨਾ ਜਾਇਓ ਪਰਦੇਸ ਉੱਥੇ ਨੀ ਮਾਂ ਲੱਭਣੀ ਜਿਹੜੀ ਇੱਕ ਗੱਲ ਕੰਨ ਚ ਰਾਜਾ ਕਰੋਸ ਪਾਏ ਸ਼ਹਿਰ ਨੂੰ ਤਾਂ ਉਹੀ ਕਹਿਣਾ ਪੁਰਾਣੇ ਸਮੇਂ ਰਾਜਾ ਜੋਗੀ ਹੋਇਆ ਇਹ ਸ਼ੌਂਕ ਨੇ ਜਦੋਂ ਮੈਂ ਬੋਲਣ ਵੀ ਨਹੀਂ ਸੀ ਲੱਗਿਆ ਤੇ ਉਦੋਂ ਤੋਂ ਮੈਂ ਗਾਣਾ ਸ਼ੁਰੂ ਕਰ ਦਿੱਤਾ ਸੀਗਾ। ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ। ਅਸੀਂ 뮤직 ਇੰਡਸਟਰੀ ਦੀ ਗੱਲ ਕਰੀਏ ਅੱਜ। 뮤직 ਇੰਡਸਟਰੀ ਸਾਡੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਨਾਮ ਬਣਾਇਆ ਹੋਇਆ। ਉੱਥੇ ਹੀ ਸਾਡੇ ਨਾਲ AKS ਹੈਗੇ ਨੇ ਜਿਨ੍ਹਾਂ ਨੇ 뮤직 ਇੰਡਸਟਰੀ 'ਚ ਆਪਣੀ ਇੱਕ ਫਿਰ ਮਾਮਲਾ ਗੜਬੜ 'ਚ ਇੱਕ ਗਾਣਾ ਵੀ ਉਹਨਾਂ ਦਾ ਆਇਆ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਡੇਲੀ ਪੋਸਟ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਅਸੀਂ ਮੇਰਾ ਗਾਣਾ ਹੈ ਜੀ ਆਪਣੇ ਫੇਰ ਮਾਮਲਾ ਗੜਬੜ ਮੂਵੀ ਦੇ ਵਿੱਚ, ਅਤੇ ਜਿਸ ਦੇ ਰਿਗਾਰਡਿੰਗ ਅੱਜ ਆਪਾਂ। ਬਿਲਕੁਲ, ਤੁਸੀਂ 뮤직 ਦੇ ਤੁਹਾਡੇ ਪੁਰਾਣਾ ਤੁਸੀਂ ਕਿੰਨੇ ਸਿੱਖਿਆ ਹੋਇਆ 뮤직 ਹੈ, ਤੁਸੀਂ ਫਿਲਮ ਵਿੱਚ ਗਾਣਾ ਗਾਇਆ, ਤੁਸੀਂ ਇਸ ਫਿਲਮ ਵਿੱਚ ਆਏ ਹੋ ਤਾਂ ਇੱਕ ਪਿੱਛੇ ਕਿਸੇ ਦੀ ਸਪੋਰਟ ਹੋਏਗੀ ਜਾਂ ਗਾਣਾ ਕਿੰਨੇ ਤੋਂ ਸਿੱਖਿਆ ਸਾਰਾ ਕੁਝ? ਜੀ ਹਾਂ, ਮੈਂ ਬੇਸਿਕਲੀ ਮਤਲਬ 뮤지컬 ਫੈਮਿਲੀ ਤੋਂ ਬਿਲੋਂਗ ਕਰਦਾ। ਮੈਂ ਲਾਲ ਕਮਲ ਦਾ ਮਤਲਬ ਬੇਟਾ ਹਾਂ, ਅਤੇ ਉਸਦੇ ਨਾਲ ਹੀ ਮਤਲਬ ਬਚਪਨ ਤੋਂ ਹੀ ਲੈ ਕੇ ਹੁਣ ਤੱਕ ਅਤੇ 뮤직 ਦਾ ਸਿਲਸਿਲਾ ਮੇਰੀ ਜ਼ਿੰਦਗੀ ਨਾਲ ਵੱਜਿਆ ਹੋਇਆ ਚੱਲ ਰਿਹਾ ਜੀ। ਇਸ ਤਰ੍ਹਾਂ ਲਾਲ ਕਮਲ ਨੇ ਤੁਹਾਡੇ ਫਾਦਰ ਸਾਹਿਬ ਨੇ ਉਹਨਾਂ ਨੇ ਇੰਨੇ ਸਟਾਰ ਬਣਾਏ ਨੇ, ਇੰਨੇ ਮਤਲਬ ਸਦੀਆਂ ਤੋਂ ਉਹਨਾਂ ਨੇ 뮤직 ਇੰਡਸਟਰੀ ਦੇ ਵਿੱਚ ਰਾਜ ਤੱਕ ਕੀਤਾ, ਅਤੇ ਤੁਸੀਂ ਹੁਣ ਤੁਹਾਨੂੰ ਕਿੰਨਾ ਸਮਾਂ ਹੋ ਚੁੱਕਿਆ ਇਸ ਲਾਈਨ 'ਚ ਗਾਉਂਦਿਆਂ ਨੂੰ, ਕਿੰਨਾ ਸਮਾਂ ਹੋ ਚੁੱਕਿਆ? ਮੈਨੂੰ ਮੇਰਾ ਮਤਲਬ ਜਦੋਂ ਤੋਂ ਮੈਂ ਆਪਣੀ ਸੋਝੀ ਸੰਭਾਲੀ ਹੈ, ਮਤਲਬ ਜਦੋਂ ਮੈਂ ਬੋਲਣ ਵੀ ਨਹੀਂ ਸੀ ਲੱਗਿਆ ਅਤੇ ਉਦੋਂ ਤੋਂ ਮੈਂ ਗਾਣਾ ਸ਼ੁਰੂ ਕਰ ਦਿੱਤਾ ਸੀਗਾ। ਮਤਲਬ ਮੈਂ ਇੱਕ ਵਾਕਿਆ ਮਤਲਬ ਮੈਂ ਤੁਹਾਨੂੰ ਸੁਣਾਉਣਾ ਚਾਹੂੰਗਾ। ਮੈਂ ਉਦੋਂ ਮੈਂ 2 ਸਾਲ ਦਾ ਸੀਗਾ, 2-2.5 ਸਾਲ ਦੀ ਉਮਰ, ਮਤਲਬ ਕਿਆ ਹੁੰਦੀ ਹੈ ਬੱਚਾ ਨਹੀਂ ਬੋਲਦਾ ਪ੍ਰੋਪਰ, ਨਹੀਂ ਮਤਲਬ ਬੋਲਦਾ ਹੀ ਨਹੀਂ ਹੁੰਦਾ 2-2.5 ਸਾਲ ਦਾ ਬੱਚਾ। ਅਤੇ ਮੇਰੇ ਮਦਰ ਉਹਨਾਂ ਨੇ ਮੈਨੂੰ ਨਲਾ ਤਲਾ ਕੇ, ਸਰਦੀ ਦਾ ਸਮਾਂ ਸੀਗਾ, ਉਹਨਾਂ ਨੇ ਧੁੱਪਾਂ ਦੇ ਵਿੱਚ ਮੰਜੇ 'ਤੇ ਬਿਠਾ ਤਾ ਹੈ, ਅਤੇ ਮੇਰੇ ਫਾਦਰ ਉੱਥੇ ਲਾ ਕੇ ਕੋਈ ਮਤਲਬ ਕੰਮ ਕਰ ਰਹੇ ਸੀਗੇ, ਅਤੇ ਬਾਹਰ ਕੋਈ ਮਤਲਬ ਕੋਈ ਗਾਣਾ ਚੱਲ ਰਿਹਾ ਸੀਗਾ, ਕੋਈ ਪਤਾ ਨਹੀਂ ਹਿੰਦੀ ਜਾਂ ਪੰਜਾਬੀ ਕੋਈ ਵੀ, ਅਤੇ ਮੈਂ ਉਹਦਾ ਮਤਲਬ ਸਵਰ ਫੜ ਕੇ ਅਤੇ ਉਹਨੂੰ ਉਸਦਾ ਅਲਾਪ ਕਰਨਾ ਮੈਂ ਸ਼ੁਰੂ ਕਰਤਾ ਹੈ ਨਾ। ਅਤੇ ਉਹ ਅਲਾਪ ਕਰਨ ਤੋਂ ਬਾਅਦ ਮੈਂ ਇੱਕ ਜੋ ਉਹਦਾ ਮੇਨ ਮਤਲਬ ਰਾਗ ਚੱਲ ਰਿਹਾ ਸੀਗਾ, ਉਹ ਰਾਗ ਤੋਂ ਬਾਅਦ ਮੈਂ 2nd ਰਾਗ ਦੇ ਵਿੱਚ, ਅਤੇ 2nd ਰਾਗ ਤੋਂ ਬਾਅਦ ਮੈਂ 3rd ਰਾਗ ਦੇ ਵਿੱਚ ਜਾ ਕੇ ਵਾਪਸ ਫਿਰ ਜਿਹੜੇ 1st ਰਾਗ ਦੇ ਵਿੱਚ ਸੀ ਉਹ ਮੈਂ ਆ ਗਿਆ ਸੀ, ਹੈ ਨਾ। ਅਤੇ ਮਤਲਬ ਇਹ ਚੀਜ਼ ਦਾ ਮੈਨੂੰ ਨਹੀਂ ਪਤਾ ਵੀ ਇਹ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ, ਕਿਉਂਕਿ ਆਲਰੇਡੀ ਮੈਨੂੰ ਲੱਗਦਾ ਵੀ ਮੈਨੂੰ ਖੂਨ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਮਿਲਿਆ ਹੈ ਵੀ ਜਿਹਦੇ ਕਰਕੇ ਇਹ ਸਾਰਾ ਕੁਛ ਮਤਲਬ ਪੋਸੀਬਲ ਹੋ ਪਾਇਆ। ਅਤੇ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਤਾਂ ਮੇਰੇ ਫਾਦਰ ਮਤਲਬ ਉਹ ਆਏ, ਮੈਨੂੰ ਉਹਨਾਂ ਨੇ ਮਤਲਬ ਗੋਦੀ ਚੁੱਕਿਆ ਅਤੇ ਮੈਨੂੰ ਨਾਲ ਲਾ ਕੇ ਮਤਲਬ ਰੋਣ ਲੱਗ ਗਏ, ਹੈ ਨਾ। ਅਤੇ ਉਹ ਮੇਰੇ ਮਦਰ ਥੋੜ੍ਹੀ ਦੂਰ ਖੜ੍ਹੇ ਸੀ, ਉਹ ਆਏ ਤੇਜ਼ ਤੇਜ਼, ਕਹਿੰਦੇ ਵੀ ਕੀ ਹੋਇਆ? ਉਹਨਾਂ ਨੂੰ ਲੱਗਿਆ ਵੀ ਸ਼ਾਇਦ ਕੋਈ ਸੱਟ ਵੱਜੀ ਜਾਂ ਕੁਛ ਲਾਈਕ, ਹੈ ਨਾ, ਇਹੋ ਜਿਹਾ ਕੁਛ ਹੋਇਆ। ਅਤੇ ਫਿਰ ਮੇਰੇ ਫਾਦਰ ਕਹਿੰਦੇ ਵੀ ਮੈਂ ਹੁਣ ਕਿਆ ਐਕਸਪਲੇਨ ਕਰਾਂ ਵੀ ਕੀ ਹੋਇਆ, ਹੈ ਨਾ, ਵੀ ਉਹ ਨੋਟ ਐਕਸਪਲੇਨੇਬਲ ਚੀਜ਼ ਸੀਗੀ। ਅਤੇ ਉਦੋਂ ਤੋਂ ਮਤਲਬ ਮੇਰੇ ਪਤਾ ਲੱਗ ਗਿਆ ਸੀਗਾ ਵੀ ਹਾਂ ਇਹ ਇਸ ਲਾਈਨ ਦੇ ਨਾਲ ਮਤਲਬ ਇਹ ਸਮਝਿਆ ਕਿ 뮤직 ਵਾਸਤੇ ਬਣੇ ਨੇ। ਜੀ ਹਾਂ, ਬਿਲਕੁਲ, ਸ਼ੁਰੂ ਤੋਂ ਸਾਡੇ ਮਤਲਬ ਘਰ ਦੇ ਵਿੱਚ ਜਾਂ ਮਤਲਬ ਮੇਰੇ ਫਾਦਰ ਨੂੰ, ਸਾਨੂੰ ਸਭ ਨੂੰ ਇਹ ਸੀ ਵੀ ਹਾਂ ਤੁਹਾਡੇ ਫਾਦਰ ਨੇ ਫੜੀ ਤੁਹਾਡੀ, ਮਤਲਬ ਅਸੀਂ ਗੱਲ ਕਰੀਏ ਤਾਂ ਮੈਂ ਸਾਰਾ ਕੁਛ ਮੈਂ ਉਹਨਾਂ ਤੋਂ ਹੀ ਸਿੱਖਿਆ, ਮਤਲਬ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰਾ ਕੁਛ ਮੈਂ ਆਪਣੇ ਫਾਦਰ ਤੋਂ ਹੀ ਸਿੱਖਿਆ। ਬੜੇ ਸਿੰਗਰਾਂ ਨੂੰ ਉਹਨਾਂ ਨੇ ਸਟਾਰ ਬਣਾਇਆ, ਆਪਣਾ 뮤직 ਦਿੱਤਾ, ਈਵਨ ਕਿ ਅਸੀਂ ਜਿੰਨੇ ਵੀ ਅੱਜ ਪੁਰਾਣੇ ਸਿੰਗਰਾਂ ਦੇ ਅਸੀਂ ਗੱਲ ਕਰੀਏ ਤਾਂ ਅੱਜ
ਤੁਸੀਂ ਹਾਲੇ ਚਲੋ ਮਾਮਲਾ ਗੜਬੜ ਫਿਲਮ 'ਚ ਗਾਇਆ, ਅਤੇ ਇਸ ਤੋਂ ਬਾਅਦ ਹੋਰ ਵੀ ਕੋਈ ਟਰੈਕ ਆਏ ਤੁਹਾਡੇ? ਜੀ ਹਾਂ, ਮੈਂ ਮਤਲਬ ਪਿਛਲੇ ਸਾਲ ਤੋਂ ਪਿਛਲੇ ਸਾਲ ਫੈਬ ਤੋਂ ਲੈ ਕੇ ਹੁਣ ਤੱਕ ਮਤਲਬ ਇਹ ਮੇਰਾ 6ਵਾਂ ਟਰੈਕ ਹੈ, ਅਤੇ ਇੱਕ ਸਭ ਤੋਂ ਪਹਿਲਾਂ ਟਰੈਕ ਕੀਤਾ ਸੀਗਾ ਜੀ 4 Shock Volume 1 ਹੈ ਨਾ, ਅਤੇ ਉਸ ਤੋਂ ਬਾਅਦ ਇੱਕ EP ਕੀਤੀ ਸੀਗੀ ਕਫਸ ਨਾਮ ਤੋਂ, ਅਤੇ ਇੱਕ ਛੱਲਾ ਸਰ ਨੇੜੇ ਕਰਕੇ ਸਾਡਾ ਗਾਣਾ ਆਇਆ ਸੀਗਾ, ਅਤੇ ਉਹ ਤੋਂ ਬਾਅਦ ਇਹ ਫਿਰ ਮਾਮਲਾ ਗੜਬੜ ਇਹ ਗਾਣਾ ਆਇਆ। ਅਤੇ ਐਜ਼ ਆ ਮਿਊਜ਼ਿਕ ਡਾਇਰੈਕਟਰ ਵੀ ਉਹ ਤੋਂ ਪਹਿਲਾਂ ਵੀ ਮਤਲਬ ਮੈਨੂੰ 12 ਸਾਲ ਹੋ ਗਏ ਨੇ, 10-12 ਸਾਲ ਐਜ਼ ਆ ਮਿਊਜ਼ਿਕ ਡਾਇਰੈਕਟਰ ਕੰਮ ਕਰਦੇ ਨੇ। ਅਤੇ ਫਾਦਰ ਸਾਹਿਬ ਨੇ ਜਿਹੜੇ ਸਿੰਗਰਾਂ ਨੂੰ ਉਹਨਾਂ ਨੇ ਸਟਾਰ ਬਣਾਇਆ, ਕਦੇ ਇਹ ਨਹੀਂ ਹੋਇਆ ਕਿ ਉਹਨਾਂ ਨੂੰ ਮਿਲ ਕੇ ਮੈਂ ਵੀ ਅੱਗੇ ਵਧਾਂ, ਉਹਨਾਂ ਨੂੰ ਮੈਂ ਕਹਾਂ ਕਿ ਮੈਨੂੰ ਰਿਲੀਜ਼ ਕੀਤਾ ਜਾਵੇ, ਉਹ ਸਿੰਗਰ ਮੈਨੂੰ ਅੱਗੇ ਲੈ ਕੇ ਆਉਣ, ਜਾਂ ਤੁਹਾਡੇ ਫਾਦਰ ਸਾਹਿਬ ਨੇ ਕਿਹਾ ਹੋਵੇ ਵੀ ਮੇਰੇ ਪੁੱਤ ਨੂੰ ਅੱਗੇ ਲੈ ਕੇ ਜਾਓ, ਜਾਂ ਕਿਸ ਤਰ੍ਹਾਂ ਦਾ ਕੋਈ ਕਦੇ ਹੋਇਆ ਹੋਵੇ? ਨਹੀਂ, ਕਦੇ ਇਹੋ ਜਿਹਾ ਕੁਛ ਕੋਈ ਵੈਸੇ ਹੋਈ ਨਹੀਂ ਹੈ ਕਦੇ ਵੀ ਕੋਈ ਗੱਲ, ਕਿਉਂਕਿ ਮੈਨੂੰ ਪਰਸਨਲੀ ਵੀ ਇਹੀ ਲੱਗਦਾ ਹੁੰਦਾ ਵੀ ਮਤਲਬ ਆਪਣੇ ਆਪ ਮਤਲਬ ਸੋਲੋ ਕਰਕੇ ਹੈ ਨਾ, ਵੀ ਇਸ ਤਰ੍ਹਾਂ ਮੈਨੂੰ ਪਰਸਨਲੀ ਲੱਗਦਾ ਵੀ ਹਾਂ ਅੱਛਾ ਉਹ। ਤੁਸੀਂ ਆਪਦੀ ਪਹਿਚਾਣ ਫਾਦਰ ਸਾਹਿਬ ਨਾਲ ਬਣਾਉਣਾ ਚਾਹੁੰਦੇ ਹੋ ਕਿ ਆਪਦੀ ਅਲੱਗ ਤੋਂ ਬਣਾਉਣਾ ਚਾਹੁੰਦੇ ਹੋ? ਨਹੀਂ, ਦੇਖੋ ਅਲੱਗ ਤੋਂ ਬਣਾਉਣ ਵਾਲੀ ਤਾਂ ਕੋਈ ਇਹੋ ਜਿਹੀ ਮਤਲਬ ਕੋਈ ਗੱਲ ਨਹੀਂ ਹੁੰਦੀ, ਜਿਹੜਾ ਇੱਕ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਮਾਸ ਨੋਹਾਂ ਤੋਂ ਕਦੇ ਅਲੱਗ ਨਹੀਂ ਹੋ ਸਕਦਾ, ਚਾਹੇ ਉਹ ਜਿੱਥੇ ਮਰਜ਼ੀ ਹੋ ਜਾਵੇ। ਪਰ ਮੈਨੂੰ ਇਹ ਲੱਗਦਾ ਵੀ ਪਰਸਨਲੀ ਵੀ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਕਰਨਾ ਮੈਨੂੰ ਜ਼ਿਆਦਾ ਵਧੀਆ ਲੱਗਦਾ, ਅਤੇ ਮੈਨੂੰ ਕਦੇ ਉਹਨਾਂ ਨੇ ਇਸ ਗੱਲ ਬਾਰੇ ਕਦੇ ਰੋਕਿਆ ਟੋਕਿਆ ਵੀ ਨਹੀਂ ਹੈ, ਉਹਨਾਂ ਨੂੰ ਇਹ ਹੁੰਦਾ ਵੀ ਨਹੀਂ ਵੀ ਜਿਵੇਂ ਇਹ ਕਰਦਾ ਇਹਨੂੰ ਕਰਨ ਦਿਓ, ਇਸ ਤਰ੍ਹਾਂ ਜੇ ਹੈ। ਛੋਟੇ ਸੀ ਤਾਂ ਇੱਕ ਸਟੇਜ ਤਾਂ ਤੁਸੀਂ ਤੁਹਾਡੇ ਫਾਦਰ ਨੇ ਤੁਹਾਡੀ ਉਂਗਲੀ ਪਕੜੀ ਹੋਈ ਸੀ, ਅਤੇ ਉਂਗਲੀ ਸ਼ਾਇਦ, ਅਤੇ ਉਹਨਾਂ ਨੇ ਪਿੱਛੇ ਮਿਊਜ਼ਿਕ ਤਾਂ ਦਿੱਤਾ, ਅਤੇ ਉਹ ਗਾਣਾ ਗਾਇਆ ਸੀ, ਉਹ ਉਦੋਂ ਕਿੰਨੇ ਸਾਲ ਦੀ ਉਮਰ ਸੀ? ਨਾ ਜਾਵੇ ਪਰਦੇਸ ਉੱਥੇ ਨਹੀਂ ਮਾਂ ਲੱਭਣੀ। ਮੇਰੀ ਏਜ ਸੀਗੀ ਜੀ ਉਹੀ 10 ਜਾਂ 11 ਕੁ ਸਾਲ ਦਾ ਸੀ, ਉਹ ਸਾਡੇ ਚਿਤਾਮਲੇ ਪਿੰਡ ਹੋਇਆ ਸੀਗਾ ਜੀ, ਸਾਡੇ ਮੇਰੇ ਦਾਦਾ ਉਸਤਾਦ ਜੀ ਉਹਨਾਂ ਦੀ ਯਾਦ 'ਚ ਅਸੀਂ ਮੇਲਾ ਕਰਵਾਇਆ ਸੀ, ਉੱਥੇ ਉਹ ਗਾਇਆ ਸੀ ਗਾਣਾ। ਉਸ ਸਮੇਂ ਪਹਿਲਾਂ ਹੀ ਪਹਿਲੀ ਵਾਰ ਸਟੇਜ 'ਤੇ ਪਰਫੋਰਮ ਕੀਤਾ ਸੀ? ਨਹੀਂ ਜੀ, ਮੈਂ ਪਹਿਲੀ ਵਾਰ ਸਟੇਜ 'ਤੇ ਪਰਫੋਰਮ 4 ਸਾਲ ਦਾ ਕਰ ਲਿਆ ਸੀਗਾ, ਅਤੇ ਮੇਰਾ ਫਸਟ ਸਟੂਡੀਓ ਡੱਬ 3 ਸਾਲ ਦਾ ਹੋ ਗਿਆ ਸੀਗਾ ਜੀ। ਜਦੋਂ ਮੈਂ ਚਾਹਾਂਗੇ ਜਿਹੜਾ ਉਹ ਇੱਕ ਹੈਗਾ ਨਾ ਜੋ ਪਰਦੇਸ, ਕਿਉਂਕਿ ਪਰਦੇਸ ਅੱਜ ਸਾਡੇ ਪੁੱਤ ਸਾਡੇ ਕਈ ਅਜਿਹੇ ਲੋਕ ਗਏ ਨੇ ਜਿਹੜੇ ਸ਼ਾਇਦ ਉੱਥੇ ਜਾ ਕੇ ਹੀ ਸੋਚਦੇ ਨੇ ਕਿ ਉੱਥੇ ਮਾਂ ਨਹੀਂ ਮਿਲਦੀ, ਤਾਂ ਉਹ ਮਾਵਾਂ ਕਈ ਵਾਰ ਪਿੱਛੇ ਚਲੀਆਂ ਨੇ ਦੁਨੀਆ ਤੋਂ, ਫਿਰ ਉੱਥੇ ਸਾਰੀ ਉਮਰ ਮਾਂ ਦੇ ਵਿਛੋੜੇ ਨੂੰ ਹੀ ਸਾਰਾ ਦਿਨ ਰੋਂਦੇ ਰਹਿੰਦੇ ਨੇ, ਤਾਂ ਉਹ ਅਸੀਂ ਚਾਹਾਂਗੇ ਇੱਕ 2 ਸ਼ਬਦ ਉਹਨਾਂ ਨੌਜਵਾਨਾਂ ਲਈ ਜਾਂ ਉਹਨਾਂ ਮਾਵਾਂ ਲਈ। ਬਿਲਕੁਲ ਜ਼ਰੂਰ। ਆਪਣੇ ਪਿੰਡ ਦੀਆਂ ਬੋੜਾਂ ਦੀ ਨਾ ਛਾਂ ਲੱਭਣੀ, ਉਹ ਆਪਣੇ ਪਿੰਡ ਦੀਆਂ ਬੋੜਾਂ ਦੀ ਨਾ ਛਾਂ ਲੱਭਣੀ, ਨਾ ਜਾਇਓ ਉਹ ਮਿੱਤਰੋ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਂ ਲੱਭਣੀ, ਹਾਏ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਂ ਲੱਭਣੀ, ਹਾਏ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਂ ਲੱਭਣੀ। ਬਹੁਤ ਉਹ ਸ਼ਬਦ ਨੇ ਜਿਹਨੂੰ ਸ਼ਾਇਦ ਸੁਣ ਕੇ ਕਈ ਲੋਕ ਵੀ ਰੋਂਦੇ ਨੇ ਜਿਨ੍ਹਾਂ ਦੇ ਵਿਛੜਨ ਦੇ। ਤੁਸੀਂ ਆਪਣੀ ਲੁੱਕ ਵੀ ਬਣਾ ਰੱਖੀ ਹੈ, ਜਿਹੜੀ ਇੱਕ ਗੱਲ ਕੰਨ 'ਚ ਰਾਂਝਾ ਕਰੋਸ ਪਾਏ, ਸ਼ਾਇਦ ਇਹਨੂੰ ਤਾਂ ਉਹੀ ਕਹਿਣਾ ਪੁਰਾਣੇ ਸਮੇਂ ਰਾਂਝਾ ਜੋਗੀ ਹੋਇਆ, ਇਹ ਸ਼ੌਂਕ ਨੇ? ਹਾਂ ਨਹੀਂ, ਇਹ ਮੇਰਾ ਸ਼ੌਂਕ ਹੈ ਜੀ, ਬਿਲਕੁਲ ਮੈਂ ਇਸ ਤਰ੍ਹਾਂ ਹੀ ਬਣ ਕੇ ਰਹਿਣਾ ਹਮੇਸ਼ਾ। ਅਤੇ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਹਾਡਾ ਜਿਹੜਾ ਫਿਲਮ 'ਚ ਗਾਣਾ ਆਇਆ, ਉਸ ਗਾਣੇ ਤੋਂ ਬਾਅਦ ਹੁਣ ਹੈਗਾ ਕਿ ਮੈਂ ਅਮਨ ਨੂੰ ਲੋਕ ਪਹਿਚਾਣਨ ਲੱਗ ਗਏ ਨੇ? ਜੀ ਹਾਂ ਬਿਲਕੁਲ, ਮੈਨੂੰ ਮਤਲਬ ਉਹ ਚੀਜ਼ ਦਾ ਬਹੁਤ ਮਤਲਬ ਅੱਛਾ ਬ੍ਰੇਕ ਮਿਲਿਆ,
ਅਤੇ ਇਹਦਾ ਜਿਹੜਾ ਮੈਂ ਕ੍ਰੈਡਿਟ ਦੇਣਾ ਚਾਹੂੰਗਾ ਉਹ ਸਾਡੇ ਬਹੁਤ ਹੀ ਰਿਸਪੈਕਟਡ ਸਾਡੇ ਜੈਦੇਵ ਕੁਮਾਰ ਜੀ, ਅਤੇ ਮੈਂ ਤੁਹਾਨੂੰ ਇਹ ਵੀ ਥੋੜ੍ਹੀ ਜਿਹੀ ਮਤਲਬ ਦੱਸਣਾ ਚਾਹਾਂਗਾ ਕਿ ਅਸੀਂ ਇਹ ਸਾਡਾ ਕਿਵੇਂ ਦਾ ਸੀਗਾ। ਮੈਂ ਗਿਆ ਸੀਗਾ ਕਿਸੇ ਕੰਮ ਦੇ ਲਈ ਬੰਬੇ ਗਿਆ ਸੀ ਅਤੇ ਉੱਥੇ ਜੈਦੇਵ ਜੀ ਨੂੰ ਮੈਂ ਮਿਲਿਆ, ਅਤੇ ਉਹ ਮੈਨੂੰ ਪਹਿਲਾਂ ਜਾਣਦੇ ਨਹੀਂ ਸੀਗੇ, ਅਤੇ ਚਲੋ ਮੈਂ ਉਹਨਾਂ ਨੂੰ ਦੱਸਿਆ ਵੀ ਐਵੇਂ ਕਰਕੇ ਵੀ ਮੈਂ ਉੱਧਰੋਂ ਹੈਗਾ ਹਨੇ, ਅਤੇ ਉਹ ਕਹਿੰਦੇ ਵੀ ਅਮਨ ਵੀ ਤੂੰ ਕੁਛ ਕਰਦਾ ਵੀ ਹੈ ਵੀ ਤੂੰ ਹੈ ਨਾ, ਅਤੇ ਮੈਂ ਕਿਹਾ ਵੀ ਹਾਂਜੀ ਸਰ ਵੀ ਮਾੜਾ ਮੋਟਾ ਵੀ ਮਿਊਜ਼ਿਕ ਬਣਾ ਲਈਦਾ ਅਤੇ ਗਾ ਵੀ ਲਈਦਾ ਮਾੜਾ ਮੋਟਾ ਹੈ ਨਾ, ਅਤੇ ਉਹ ਕਹਿੰਦੇ ਵੀ ਗਾ ਕੇ ਸੁਣਾ ਕੁਛ ਹੈ ਨਾ, ਅਤੇ ਫਿਰ ਮੈਂ ਉਹਨਾਂ ਨੂੰ ਮਤਲਬ ਇੱਕ ਰਿਕਾਰਡਡ ਕੋਈ ਚੀਜ਼ ਸੁਣਾਈ ਅਤੇ ਉਹਦੇ ਵਿੱਚ ਕਈ ਫਰੇਜ਼ ਸੀਗੇ, 3-4 ਫਰੇਜ਼ ਸੀ ਹੈ ਨਾ, ਉਹ ਵੋਕਲ ਦੇ ਵੇਰੀਏਸ਼ਨ ਬਹੁਤ ਜ਼ਿਆਦਾ ਸੀਗੇ ਹੈ ਨਾ, ਅਤੇ ਉਹ ਬਹੁਤ ਖੁਸ਼ ਹੋਏ, ਕਹਿੰਦੇ ਵੀ ਨਹੀਂ ਵੀ ਬਹੁਤ ਅੱਛਾ, ਕਹਿੰਦੇ ਵੀ ਚੱਲ ਠੀਕ ਹੈ ਓਕੇ ਵੀ ਹੁਣ ਤੂੰ ਤਿਆਰ ਰਿਹਾ, ਕਹਿੰਦੇ ਮੈਂ ਅਗਲੇ ਮਹੀਨੇ ਆਊਂਗਾ। ਫਿਰ ਜਦੋਂ ਮਤਲਬ ਉਹ ਆਏ ਫਿਰ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ, ਅਤੇ ਸਾਡੇ ਵੀਤ ਬਲਜੀਤ ਭਾਅ ਜੀ ਉਹਨਾਂ ਨੇ ਲਿਖਿਆ ਸੀਗਾ ਇਹ ਗਾਣਾ ਅਤੇ ਕੰਪੋਜ਼ ਕਰਕੇ, ਅਤੇ ਫਿਰ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਮੈਨੂੰ ਸੁਣਾਉਣਾ ਚਾਹੋਗੇ ਗਾਣੇ ਦੋ ਸ਼ਬਦ? ਹਾਂਜੀ ਹਾਂ ਬਿਲਕੁਲ ਜੀ। ਉਹ ਲੱਗਦਾ ਹੈ ਚੰਨਾ ਸਾਨੂੰ ਜਾਨ ਤੋਂ ਪਿਆਰਾ ਵੇ, ਸਾਰਿਆਂ ਦੀ ਜਾਨ ਤੇ ਤੂੰ ਅੱਖੀਆਂ ਦਾ ਤਾਰਾ ਵੇ, ਉਹ ਲੱਗਦਾ ਹੈ ਚੰਨਾ ਸਾਨੂੰ ਜਾਨ ਤੋਂ ਪਿਆਰਾ ਵੇ, ਸਾਰਿਆਂ ਦੀ ਜਾਨ ਤੇ ਤੂੰ ਅੱਖੀਆਂ ਦਾ ਤਾਰਾ ਵੇ, ਉਹ ਤੇਰਾ ਮੁਖੜਾ ਏ ਕਿਸੇ ਅਵਤਾਰ ਦਾ, ਤੈਨੂੰ ਸੱਜਦਾ ਏ ਸਾਡੀ ਸਰਕਾਰ ਦਾ, ਕਦੇ ਮੱਥਾ ਚੁੰਮਾ ਘੁੰਮਾ ਕਦੇ ਪੈਰ ਵੇ, ਉਹ ਕਦੇ ਮੱਥਾ ਚੁੰਮਾ ਚੁੰਮਾ ਕਦੇ ਪੈਰ ਵੇ, ਜੁਗ ਜੁਗ ਜੀ ਸੋਹਣਿਆ। ਤੇ ਹੁਣ ਜਿਹੜਾ ਕਿੰਨਾ ਕੁ ਜਿਹੜਾ ਰਿਆਜ਼ ਹੈਗਾ ਉਹ ਚੱਲਦਾ ਰਹਿੰਦਾ ਹੈ ਨਾਲ ਦੀ ਨਾਲ, ਅਤੇ ਹੋਰ ਵੀ ਕਿਤੇ ਆ ਰਹੇ ਨੇ ਕੋਈ ਪ੍ਰੋਜੈਕਟ? ਹਾਂਜੀ ਸਾਡੇ ਮਤਲਬ ਅੱਗੇ ਪਲੈਨ ਹੈ, ਕਾਫੀ ਪ੍ਰੋਜੈਕਟ ਮੇਰੇ ਰੈਡੀ ਪਏ ਨੇ, ਅਤੇ ਰਿਆਜ਼ ਸਾਡਾ ਰੈਗੂਲਰ ਚੱਲਦਾ ਹੀ ਰਹਿੰਦਾ ਕਿਉਂਕਿ ਸਵੇਰ ਤੋਂ ਸ਼ੁਰੂ ਹੋ ਜਾਈਦਾ ਮਿਊਜ਼ਿਕ ਕਰਨਾ ਅਤੇ ਗਾਣੇ ਬਣਾਉਣੇ ਜਾਂ ਗਾਣਾ। ਪਸੰਦ ਕਰਦੇ ਹੋ ਜਾਂ ਨਹੀਂ? ਸਭ ਕੁਛ ਮੈਂ ਪਹਿਲਾਂ ਵੀ ਤੁਹਾਨੂੰ ਉਵੇਂ ਕਹਿ ਕੇ ਹਟਿਆ ਵੀ ਹਰੇਕ ਮਤਲਬ ਚੀਜ਼ ਨੂੰ ਗਾਉਣ ਦੀ ਕੋਸ਼ਿਸ਼ ਕਰਦਾ ਹੈ ਨਾ, ਮਤਲਬ ਹਾਰਡ ਕੋਰ ਜੋ ਵੀ ਹੁੰਦਾ ਅਤੇ ਉਹਨਾਂ ਨੂੰ ਕੋਸ਼ਿਸ਼ ਕਰੀਦਾ ਗਾਉਣ ਦਾ। ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ? ਦਰਸ਼ਕ ਚਲੋ ਤੁਹਾਡੀ ਫਿਲਮ 'ਚ ਗਾਣਾ ਵੀ ਆਇਆ, ਤਾਂ ਹੁਣ ਜਿਹੜਾ ਆਉਣ ਵਾਲਾ ਸਮਾਂ ਹੈਗਾ ਜਿਹੜਾ ਤੁਹਾਨੂੰ ਲੋਕ ਇਸ ਤਰ੍ਹਾਂ ਪਿਆਰ ਦਿੰਦੇ ਨੇ? ਜੀ ਹਾਂ, ਬਸ ਅਸਲ ਦੇ ਵਿੱਚ ਜਦੋਂ ਅਸੀਂ ਮਿਊਜ਼ਿਕ ਕਰਦੇ ਹਾਂ ਜਾਂ ਕੋਈ ਵੀ ਗਾਣਾ ਬਣਾਉਂਦੇ ਹਾਂ ਅਤੇ ਉਹਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਸਾਡੀ ਸਾਰਿਆਂ ਦੀ ਹੈ ਨਾ, ਅਤੇ ਉਸਨੂੰ ਬਣਾਉਣ ਵਾਸਤੇ ਬਹੁਤ ਕੁਛ ਸੋਚਿਆ ਜਾਂਦਾ, ਬਹੁਤ ਕੁਛ ਕੀਤਾ ਜਾਂਦਾ ਹੈ ਨਾ, ਅਤੇ ਇਹੀ ਉਮੀਦ ਕਰਾਂਗੇ ਕਿ ਅੱਛੇ ਮਤਲਬ ਅੱਛਾ ਕੁਛ ਹੁੰਦਾ ਤਾਂ ਜ਼ਰੂਰ ਸੁਣਿਆ ਕਰੋ। ਜੀ ਜੀ। ਸੋ ਸਾਡੇ ਨਾਲ AKS ਜਿਨ੍ਹਾਂ ਨੂੰ ਅਮਨ ਦੇ ਨਾਮ ਨਾਲ ਜਾਣਿਆ ਜਾਂਦਾ, ਤਾਂ ਉਹ ਜਿਨ੍ਹਾਂ ਨੇ ਇੱਕ ਫਿਰ ਮਾਮਲਾ ਗੜਬੜ 'ਚ ਮੂਵੀ 'ਚ ਵੀ ਜਿਹੜਾ ਗਾਣੇ ਗਾਇਆ, ਤਾਂ ਦਰਸ਼ਕਾਂ ਨੂੰ ਜਿਹੜਾ ਉਹਨਾਂ ਨੇ ਸਾਡੇ ਨਾਲ ਹੋਰ ਵੀ ਜਿਹੜੇ ਗਾਣੇ ਸਾਡੇ ਨਾਲ ਸ਼ੇਅਰ ਕੀਤੇ ਨੇ, ਜੋ ਉਹਨਾਂ ਦੇ ਇੱਕ ਮਿਊਜ਼ਿਕ ਦੀ ਜੋ ਪਰਿਵਾਰ ਨਾਲ ਜੁੜਿਆ ਹੋਇਆ ਮਿਊਜ਼ਿਕ ਹੈਗਾ, ਜੋ ਉਹਨਾਂ ਨੂੰ ਪਰਿਵਾਰ 'ਚ ਹੀ ਮਿਲਿਆ, ਜਦੋਂ ਕਹਿ ਰਹੇ ਨੇ ਕਿ 3 ਸਾਲ ਤੋਂ ਮੈਂ ਆਪਣਾ ਜਿਹੜਾ ਪਹਿਲਾ ਸਟੇਜ ਹੈਗਾ ਸੀ ਮੈਂ ਆਪਣਾ ਸਾਂਝਾ ਕੀਤਾ ਸੀ। ਸੋ ਅਜਿਹੇ ਜਿਹੜੇ ਸਿੰਗਰ ਹੁੰਦੇ ਉਹਨਾਂ ਨੂੰ ਜ਼ਰੂਰ ਪਿਆਰ ਦਿੰਦੇ ਰਹੋ। ਜੁੜੇ ਰਹੋ ਡੇਲੀ ਪੋਸਟ ਪੰਜਾਬੀ ਨਾਲ, ਕੈਮਰਾ ਪਰਸਨ ਰਮੇਸ਼ ਦੇ ਨਾਲ ਸੰਦੀਪ ਕੰਬੋਜ ਮੋਹਾਲੀ ਤੋਂ।